ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਅੱਜ ਦੀ ਜਿਹੜੀ ਵੀਡੀਓ ਹੈ ਬਾਈ, ਇਹ ਜਾਖਲ ਮੰਡੀ ਤੋਂ ਹੈ ਟਹਾਣਾ ਕੋਲ, ਅਤੇ ਬਹੁਤ ਜ਼ਿਆਦਾ ਚੰਗੀ ਮੱਝ ਹੈ, ਦੇਖ ਸਕਦੇ ਹੋ ਤੁਸੀਂ। ਤਾਂ ਲੈ ਵੀ ਕੁਆਲਿਟੀ ਬਹੁਤ ਵਧੀਆ ਹੈਗੀ, ਅਤੇ 4 ਤਰੀਕ ਨੂੰ ਜਿਹੜੀ ਇਸ ਮੱਝ ਦੇ ਦਿਨ ਪੂਰੇ ਹੋਣੇ ਹੈਗੇ, ਅਤੇ ਬੇਤਾਬ ਬੁੱਲ ਤੋਂ ਇਹ ਗੱਭਣ ਹੈਗੀ। ਬਾਕੀ 17-18 ਲੀਟਰ ਜਿਹੜਾ ਦੁੱਧ ਬਾਈ ਕਹਿੰਦੇ ਵੀ ਅਸੀਂ ਪਿਛਲੇ ਸੂਆਂ ਦੇ ਵਿੱਚ ਇਹਦਾ ਚੋਇਆ ਹੋਇਆ। ਤਾਂ ਮੁੱਲ ਦੀ ਗੱਲ ਕਰੀਏ ਤਾਂ 1,15,000 ਰੁਪਇਆ ਬਾਈ ਇਹਦਾ ਮੁੱਲ ਕਰਦੇ ਹੈਗੇ। ਮੱਝ ਦੀ ਬਹੁਤ ਜ਼ਿਆਦਾ ਵਧੀਆ ਗਰੰਟੀ ਦੇ ਰਹੇ ਹੈਗੇ, ਅਤੇ ਇਹਦੇ ਨਾਲ ਇੱਕ ਖਾਸੀਅਤ ਹੋਰ ਹੈ ਵੀ ਬੱਚੀ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋਗੇ, ਮਗਰ ਲੱਗੀ ਹੋਈ ਹੈਗੀ, ਅਤੇ ਬੱਚੀ ਬਾਈ ਮੈਂ ਇਹਦੇ ਨਾਲ ਕਹਿੰਦੇ ਅਸੀਂ ਫਰੀ ਦੇਵਾਂਗੇ। HF ਬੱਚੀ ਹੈਗੀ, ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਮੱਝ ਦੇ ਨਾਲ ਬੱਚੀ ਜ਼ਰੂਰ ਫਰੀ ਦੇਣਗੇ। ਅਤੇ ਬਾਕੀ ਦੇਖ ਸਕਦੇ ਹੋ ਬੇਤਾਬ ਬੁੱਲ ਤੋਂ ਗੱਭਣ ਹੈਗੀ, ਅਤੇ 17-18 ਕਿਲੋ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਦੁੱਧ ਦਿੱਤਾ ਹੋਏਗਾ। ਤਾਂ ਨਹੀਂ 17-18 ਤੋਂ ਵੱਧ ਮੰਨਣਾ, ਆਪਾਂ 17-18 ਕਿਲੋ ਦੁੱਧ ਮੰਨ ਕੇ ਚੱਲੀਏ ਤਾਂ ਬਹੁਤ ਹੈ। ਤਾਂ 1,15,000 ਰੁਪਇਆ ਬਾਈ ਜਿਹੜਾ ਰੇਟ ਕਰਦੇ ਹੈਗੇ ਮੱਝ ਦਾ, ਤਾਂ ਜਾਖਲ ਮੰਡੀ ਤੋਂ ਹੈਗੀ ਹੈ ਬਾਈ ਉਹ। ਤਾਂ ਬਹੁਤ ਚੰਗੀ ਮੱਝ ਹੈਗੀ, ਦੇਖ ਸਕਦੇ ਹੋ। ਬਾਕੀ ਤਸੱਲੀ ਕਰਕੇ ਮੱਝ ਤੁਸੀਂ ਲੈ ਸਕਦੇ ਹੋ, 4 ਤਰੀਕ ਨੂੰ ਮੱਝ ਦੇ ਜਿਹੜੇ ਦਿਨ ਪੂਰੇ ਹੋਣੇ ਹੈਗੇ। ਬਾਕੀ ਕੰਟੈਕਟ ਨੰਬਰ ਭਰਾਵਾਂ ਦਿੱਤਾ ਹੋਇਆ, ਫੋਨ 'ਤੇ ਸਾਰੀ ਜਾਣਕਾਰੀ ਜਿਹੜੀ ਤੁਸੀਂ ਲੈ ਸਕਦੇ ਹੋਗੇ। ਭਰਾਵਾਂ ਨਾਲ ਵਟਸਐਪ 'ਤੇ ਵੀ ਗੱਲਬਾਤ ਕਰ ਸਕਦੇ ਹੋਗੇ, ਤੁਹਾਨੂੰ ਹੋਰ ਵੀ ਕੋਈ ਫੋਟੋ ਵੀਡੀਓ ਵਗੈਰਾ ਭੇਜ ਦੇਣਗੇ। ਬਾਕੀ ਦੇਖ ਸਕਦੇ ਹੋ ਜਿਹੜੀ ਮਿਲਕ ਵੇਣ ਵਗੈਰਾ ਹੈਗੀ ਹੈਗੀ, ਬਹੁਤ ਜ਼ਿਆਦਾ ਵਧੀਆ ਉੱਭਰੀ ਹੋਈ ਹੈਗੀ। ਅਤੇ ਦੁੱਧ ਵਾਲੇ ਪਸ਼ੂਆਂ ਦਾ ਨਿਸ਼ਾਨੀਆਂ ਹੁੰਦੀਆਂ ਹੈਗੀਆਂ, ਜਿਵੇਂ ਪਤਲੀ ਚਮੜੀ ਹੈ, ਤਾਂ ਜਿਹੜੇ ਪਸ਼ੂ ਨੇ ਪਿਛਲੇ ਸੂਆਂ ਦੇ ਵਿੱਚ ਚੰਗਾ ਦੁੱਧ ਦਿੱਤਾ ਉਹ ਲਿੱਸੇ ਜ਼ਰੂਰ ਰਹਿ ਜਾਂਦੇ ਹੁੰਦੇ ਆ। ਅਤੇ ਅੱਗੇ ਬੱਚੀ ਤੁਸੀਂ ਦੇਖ ਸਕਦੇ ਹੋ, 8 ਮਹੀਨਿਆਂ ਦੀ ਬੱਚੀ HF, ਇਹ ਬਾਈ ਕਹਿੰਦੇ ਵੀ ਆਪਾਂ ਜੇ ਕੋਈ ਮੱਝ ਲੈਣਾ ਆਊਗਾ ਤਾਂ ਉਹ ਬੰਦੇ ਨੂੰ ਆਪਾਂ ਫਰੀ ਵੀ ਦੇ ਦਿਆਂਗੇ। ਅਤੇ ਚੰਗੀ ਬੱਚੀ ਹੈ, ਥਾਂ ਲੈਵਾ ਦੇਖ ਸਕਦੇ ਹੋ ਤੁਸੀਂ, ਵਧੀਆ ਚੰਗੀ ਹੈਗੀ, ਚੰਗੇ ਸੀਮਨ ਦੀ ਹੈ। ਬਾਕੀ ਤੁਹਾਨੂੰ ਦੱਸ ਦੇਣਗੇ ਭਰਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਕੰਮ। ਅਤੇ ਬਾਕੀ ਨੰਬਰ ਸੁਣਾ ਦਿੱਤਾ